ਗੁਰਪ੍ਰੀਤ ਸਿੰਘ ਜੀ ਠੀਕ ਹੈ ਇਹ ਸਰਪੰਚੀ ਦੀਆਂ ਚੋਣਾਂ ਪਿੰਡ ਚ ਨਕੜਾਂ ਦੇ ਵਿੱਚ ਹੋ ਰਹੀਆਂ ਚਾਰ ਉਮੀਦਵਾਰ ਜਿਹੜੇ ਇਲੈਕਸ਼ਨ ਲੜ ਰਹੇ ਨੇ ਚਾਰਾਂ ਦੇ ਵਿੱਚੋਂ ਤੁਸੀਂ ਕਿਸ ਨੂੰ ਪਸੰਦ ਕਰਦੇ ਹੋ ਅਸੀਂ ਰਾਹੁਲ ਦਰਸ਼ਨ ਲਾਲ ਕਰਲਣਾ ਨੂੰ ਕਰਦੇ ਆਂ ਇਸ ਦਾ ਠੀਕ ਹੈ ਜੀ ਸਰਪੰਚੀ ਦੇ ਇਲੈਕਸ਼ਨ ਜਿਹੜੇ ਚੱਲ ਰਹੇ ਆ ਆਉਣ ਵਾਲੀ ਪੰਚਾਇਤ ਤੋਂ ਤੁਸੀਂ ਕੀ ਮੰਗ ਰੱਖਦੇ ਹੋ ਕੀ ਹੋਣਾ ਚਾਹੀਦਾ ਕੰਮ ਕੰਮ ਤਾਂ ਪਿੰਡ ਦੇ ਸਾਰੇ ਹੋਣ ਚਾਹੀਦੇ ਨੇ ਜੀ ਠੀਕ ਹੈ ਚਾਰ ਉਮੀਦਵਾਰ ਸਰਪੰਚੀ ਦੇ ਇਲੈਕਸ਼ਨ ਲੜ ਰਹੇ ਨੇ ਚਾਰਾਂ ਦੇ ਵਿੱਚੋਂ ਤੁਸੀਂ ਕਿਸ ਨੂੰ ਚਾਹੋਗੇ ਕੌਣ ਤੁਹਾਡਾ ਮਨਪਸੰਦ ਉਮੀਦਵਾਰ ਹੈ ਸਾਡਾ 라ਹੁਲ ਰਾਹੁ ਕਲੜਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਾਹੁਲ ਕਲੜਾ ਹ ਪਿੰਡ ਝੰਡਾ ਕਲਾਂ ਦੇ ਵਿੱਚ ਸਰਪੰਚੀ ਇਹ ਜਿਹੜੀ ਅੱਜ ਪੂਰੇ ਜੋਰਾਂ ਸ਼ੋਰਾਂ ਤੇ ਹੈ ਜੀ ਤੇ ਚਾਰ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਤੇ ਤੁਹਾਡੇ ਵੀ ਪਰਿਵਾਰਕ ਮੈਂਬਰ ਹੈ ਜੋ ਕੋਈ ਕਿਸਮਤ ਅਜ਼ਮਾ ਰਿਹਾ ਹੈ ਕੀ ਨਾਮ ਹੈ ਕੀ ਚੋ ਨਿਸ਼ਾਨਾ ਨਾ ਮੇਰੇ ਦਾਦਾ ਜੀ ਨੇ ਉਹਨਾਂ ਦਾ ਨਾਮ ਦਰਸ਼ਨ ਲਾਲ ਕਲੜਾ ਜੀ ਉਹਨਾਂ ਦਾ ਚੋਣ ਨਿਸ਼ਾਨੇ ਗਿਫਟ ਤੋਹਫਾ ਠੀਕ ਹੈ ਔਰ ਚਲੋ ਚੋਣ ਨਿਸ਼ਾਨ ਤੁਹਾਡਾ ਬਹੁਤ ਵਧੀਆ ਹੈ ਔਰ ਵਿਕਾਸ ਕਾਰਜਾਂ ਦੀ ਜੇ ਆਪਾਂ ਗੱਲ ਕਰੀਏ ਇਹ ਤਾਂ ਵਿਕਾਸ ਕਾਰਜਾਂ ਨੂੰ ਪਹਿਲੇ ਕੋਈ ਕੰਮ ਹੋਣ ਵਾਲੇ ਤੁਹਾਡੇ ਜੋ ਪਿੰਡ ਦੇ ਵਿੱਚ ਪੈਂਡਿੰਗ ਨੇ ਸਭ ਤੋਂ ਪਹਿਲਾਂ ਜਿਹੜੇ ਕੰਮ ਕਰਾਉਂਗੇ ਉਹ ਕਿਹੜੇ ਕੰਮ ਨੇ ਪਹਿਲੇ ਤਾਂ ਸਾਡੇ ਜੋ ਮੇਨ ਮੁੱਦਾ ਹੈ ਜੀ ਛੱਪੜਾਂ ਦਾ ਉਹਨਾਂ 'ਚ ਬਹੁਤ ਗੰਦ ਮੱਚਾ ਹੈ ਪਹਿਲਾਂ ਅਸੀਂ ਉਹਨਾਂ ਨੂੰ ਛੱਪੜਾਂ ਦੀ ਸਫਾਈ ਕਰਾਈ ਜਾਏਗੀ ਉਸ ਤੋਂ ਬਾਅਦ ਗਲੀਆਂ ਨਾਲੀਆਂ ਜੋ ਬੱਚਿਆਂ ਦੀਆਂ ਪੜਾਈਆਂ ਦੇ ਵਿੱਚ ਰਹਿ ਗਏ ਨੇ ਪਿੱਛੇ ਰਹਿ ਰਹੇ ਉਹਨਾਂ ਨੇ ਪੜਾਈਆਂ ਲਈ ਜੋ ਵੀ ਸਹੂਲਤਾਂ ਦਿੱਤੀਆਂ ਹਨ ਉਹ ਕਰਾਵਾਂਗੇ ਲਾਇਬ੍ਰੇਰੀ ਪਿੰਡ 'ਚ ਬਹੁਤ ਲੋੜ ਹੈ ਲਾਇਬ੍ਰੇਰੀ ਦੀ ਲਾਇਬ੍ਰੇਰੀ ਦਾ ਪ੍ਰਬੰਧ ਕਰਵਾਵਾਂਗੇ ਸਰਕਾਰ ਤੋਂ ਉਮੀਦ ਕਰਾਂਗੇ ਨਸ਼ਾ ਵੀ ਕਾਫੀ ਇਹ ਹੱਦ ਤੱਕ ਪਿੰਡ ਝੰਡਾ ਗਲਾਂ ਦੇ ਵਿੱਚ ਸੀ ਔਰ ਉਸ ਤੋਂ ਇਲਾਵਾ ਕਬੱਡੀ ਪਲੇਅਰ ਵੀ ਇੱਥੋਂ ਦੇ ਕਾਫੀ ਨੇ ਗੁਰੂਆਂ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਔਰ ਨਸ਼ੇ ਵਾਲੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਅੱਗੇ ਮੰਗ ਕਰਦੇ ਹੋ ਸਰਕਾਰ ਤੋਂ ਜਾਂ ਤੁਸੀਂ ਇਸ ਪ੍ਰਤੀ ਕੀ ਕਰੋਗੇ ਨਸ਼ੇ ਲਈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੋ ਪਹਿਲਾਂ ਨਸ਼ੇ ਸੀ ਨਾ ਹੁਣ ਉਹਦੋਂ ਬਹੁਤ ਹੀ ਘੱਟ ਚੁੱਕੇ ਨੇ ਝੰਡਾ ਕਲਾਂ ਵਿੱਚ ਅੱਗੇ ਤੋਂ ਨਸ਼ੇ ਘਟੋ-ਘਟ ਵੀ 70% ਘੱਟ ਚੁੱਕੇ ਨੇ ਜੋ 30% ਰਹਿ ਗਏ ਹੈ ਜਦੋਂ ਪਰਲੋਕਾਂ ਨੇ ਚਾਹਿਆ ਆਪਣੀ ਪੰਚਾਇਤ ਬਣਾਤੀ ਰੱਬ ਸੁੱਖ ਰੱਖੇ ਆਪਾਂ ਉਹ ਹੀ ਨਸ਼ਾ ਦੂਰ ਕਰਕੇ ਲੋਕਾਂ ਨੂੰ ਇੱਕ ਸਿੱਧੇ ਰਾਹ ਤੇ ਪਾਵਾਂਗੇ ਇਹ ਇੱਕ ਇਥੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਇੱਕ ਆਰੋਜਾ ਵਾਟਰ ਬਾਕਸ ਦੀਆਂ ਵੀ ਕਾਫੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਉਹਨਾਂ ਦੇ ਪ੍ਰਤੀ ਤੁਸੀਂ ਜੇ ਮਤਲਬ ਸਰਪੰਚ ਬਣ ਜਾਂਦੇ ਹੋ ਤੁਹਾਡਾ ਪਰਿਵਾਰ ਬਣ ਜਾਂਦਾ ਤਾਂ ਫਿਰ ਤੁਸੀਂ ਕੀ ਕਰੋਗੇ ਨਹੀਂ ਪਾਰੀ ਦਾ ਜੋ ਆਰੋਹ ਚੱਲ ਰਿਹਾ ਹੈ ਉਹ ਥੋੜੀ ਜੀ ਤਕਨੀਕੀ ਉਹਦੇ ਵਿੱਚ ਖਰਾਬੀ ਹੈਗੀ ਉਹ ਵੀ ਬਿਲਕੁਲ ਠੀਕ ਕਰਾਇਆ ਜਾਵੇਗਾ ਬਾਕੀ ਜੋ ਵਾਟਰ ਬਾਕਸ ਤੋਂ ਸਿੱਧਾ ਪਾਣੀ ਆ ਰਿਹਾ ਹੈ ਉਹ ਸਹੀ ਚੱਲ ਰਿਹਾ ਹੈ ਟੇਮ ਥੋੜਾ ਜਿਹਾ ਮੋਟਰ ਖਰਾਬ ਹੋ ਗਈ ਸੀ ਉਹ ਠੀਕ ਕਰਵਾ ਦਿੱਤੀ ਗਈ ਹੈ ਸਭ ਪਾਣੀ ਦੇ ਚਲੋ ਇਹ ਤਾਂ ਆ ਗਈਆਂ ਆਮ ਜਨਤਾ ਦੀਆਂ ਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਵਰਗ ਵਾਸਤੇ ਤੁਸੀਂ ਉਹਨਾਂ ਨੂੰ ਕੀ ਕਰ ਰਹੇ ਹੋ ਉਹਨਾਂ ਵਾਸਤੇ ਕੀ ਕਰੋਗੇ ਨੌਜਵਾਨ ਵਰਗ ਵਾਸਤੇ ਅਸੀਂ ਵੱਧ ਤੋਂ ਵੱਧ ਐ ਐਮਐਲਏ ਸਾਹਿਬ ਨਾਲ ਗੱਲ ਕਰਕੇ ਜੋ ਆਪਣੇ ਵਿਧਾਇਕ ਨੇ ਇਥੋਂ ਉਹਨਾਂ ਨਾਲ ਗੱਲ ਕਰਕੇ ਇਹਨਾਂ ਦੇ ਨੌਕਰੀਆਂ ਦਾ ਪ੍ਰਬੰਧ ਕਰਾਂਗੇ ਜੋ ਪੜੇ ਲਿਖੇ ਨੇ ਦੂਜਿਆਂ ਲਈ ਰੋਜ਼ਗਾਰ ਹੋਰ ਲਿਆਵਾਂਗੇ ਪੁਰਾਣੇ ਉਹਨਾਂ ਨੇ ਕੰਮ ਕਰਾਉਂਦੇ ਨੇ ਪਿੱਛੇ ਮੈਂਬਰ ਪੰਚਾਇਤ ਵੀ ਰਹੇ ਨੇ ਉਹਨਾਂ ਦਾ ਤਜਰਬਾ ਬਹੁਤ ਜ਼ਿਆਦਾ ਹੈ ਨਾਲੇ ਸੁਲਝੇ ਹੋਏ ਸੂਝਵਾਨ ਨੇ ਸਭ ਨੂੰ ਪਤਾ ਹੀ ਜਾਵੇਗਾ ਜਿਹੜੇ ਦੂਸਰੇ ਤਿੰਨ ਕੈਂਡੀਡੇਟ ਤੁਹਾਡੇ ਮੁਕਾਬਲੇ ਦੇ ਵਿੱਚ ਖੜੇ ਹੋਏ ਨੇ ਉਹ ਵੀ ਕਾਫੀ ਹੈਵੀ ਦੱਸੇ ਜਾਂਦੇ ਨੇ ਔਰ ਪਿਸ਼ੋਕੜ ਉਹਨਾਂ ਦਾ ਪੋਲੀਟੀਕਲ ਨਾਲ ਹੀ ਜੁੜਿਆ ਹੋਇਆ ਹੈ ਤੇ ਉਸ ਵਾਰੇ ਤੁਹਾਨੂੰ ਕੀ ਲੱਗਦਾ ਹੈਗਾ ਮੁਕਾਬਲੇ ਨੂੰ ਲੈ ਕੇ ਆਪਸੀ ਟੱਕਰ ਨੂੰ ਲੈ ਕੇ ਜੋ ਉਮੀਦਵਾਰ ਖੜੇ ਐ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਮਾੜੇ ਨੇ ਜਾਂ ਅਸੀਂ ਮਾੜਿਆ ਉਹ ਚੰਗੇ ਨੇ ਸਾਡੇ ਤੋਂ ਅਸੀਂ ਤਾਂ ਲੋਕਾਂ ਅੱਗੇ ਇਹੀ ਅਰਦਾਸ ਹੈ ਵੀ ਸਾਨੂੰ ਬਣਾਓ ਤੇ ਅਸੀਂ ਵੱਧ ਤੋਂ ਵੱਧ ਵਿਕਾਸ ਕਰਾਵਾਂਗੇ ਤੇ ਆਪਣੀ ਜੋ ਨਵੀਂ ਜਨਰੇਸ਼ਨ ਹੈ ਉਹ ਆਪਣੇ ਨਾਲ ਫੁੱਲ ਸਪੋਰਟ ਕਰ ਰਹੀ ਹੈ ਜੀ ਇਸ ਲਈ ਜੋ ਰੱਬ ਨੇ ਚਾਹਿਆ ਤਾਂ ਜ਼ਰੂਰ ਆਪਾਂ ਇਸ ਚ ਕਾਮਯਾਬੀ ਪ੍ਰਾਪਤ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਬਲਜਿੰਦਰ ਸਿੰਘ ਜੀ ਸਰਪੰਚੀ ਦੇ ਇਲੈਕਸ਼ਨ ਜਿਹੜੇ ਪਿੰਡ ਚ ਨਾਗਲਾਂ ਦੇ ਵਿੱਚ ਚੱਲ ਰਹੇ ਨੇ ਪੰਜ ਵੀ ਉੱਠ ਰਹੇ ਨੇ ਤੇ ਕੀ ਤੁਸੀਂ ਪਹਿਲ ਦੇ ਆਧਾਰ ਤੇ ਪਿੰਡ ਦਾ ਜਿਹੜਾ ਕੰਮ ਬਾਕੀ ਹੈ ਪਹਿਲ ਦੇ ਆਧਾਰ ਤੇ ਕਿਹੜਾ ਕੰਮ ਕਰਾਉਣਾ ਚਾਹੋਗੇ ਕੰਮ ਛੜਕਾਂ ਗਲੀਆਂ ਨਾਲੀਆਂ ਇਹ ਕੰਮ ਨੇ ਛੱਪੜਾਂ ਦੇ ਬਹੁਤ ਜ਼ਿਆਦਾ ਖਰਾਬ ਹੈ ਛੱਪੜ ਬਹੁਤ ਜ਼ਿਆਦਾ ਖਰਾਬ ਨੇ ਸਾਡੇ ਪਿੰਡ ਦੇ ਛੱਪੜਾਂ ਦੇ ਕਰਾਂਗੇ ਵਿਕਾਸ ਠੀਕ ਹੈ اور ਵੋਟਾਂ ਦੇ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਚਾਰ ਉਮੀਦਵਾਰ ਆ ਜਿਹੜੇ ਇੱਥੇ ਸਰਪੰਚੀ ਦੀ ਦਾਵੇਦਾਰੀ ਆਪਾਂ ਓਪਨਿੰਗ ਕਰ ਰਹੇ ਨੇ ਚਾਰਾਂ ਦੇ ਵਿੱਚੋਂ ਤੁਹਾਡਾ ਮਨਪਸੰਦ ਉਮੀਦਵਾਰ ਕਿਹੜਾ ਹੈ ਦਰਸ਼ਨ ਸਿੰਘ ਕਲੜਾ